बहुचर्चित नाभा जेल ब्रेक मामले दे विच पटियाला दी कोर्ट विच इस मामले दे आरोपियां दी वीडियो कॉन्फ्रेंसिंग दे जरिए पेशी हुई, क्योंकि इस मामले विच कुल 23 आरोपियां विचों 18 नाभा दी जेल विच बंद ने, जबकि 4 कपूरथला दी अते 1 बठिंडा दी जेल विच है, जिस दे चलदियां सुरक्षा कारणां दे करके इन्हां दी वीडियो कॉन्फ्रेंसिंग जरिए कोर्ट विच हाजरी लगवाई गई। मामले दी अगली सुनवाई 3 अक्तूबर नूं होवेगी। ਠੀਕ ਹੈ, ਨਹੀਂ ਪਤਾ ਨਹੀਂ ਹੁਣ ਟੋਟਲ ਕਿੰਨਿਆਂ ਦੇ ਖਿਲਾਫ ਪੇਸ਼ ਹੋ ਗਿਆ, ਹੋਰ ਕੀ ਹੈ ਇਹਦੇ 'ਚ। ਅੱਜ ਅਡੀਸ਼ਨਲ ਸੈਸ਼ਨ ਜੱਜ ਸ਼੍ਰੀ ਮੁਹੰਮਦ ਗੁਲਜ਼ਾਰ ਜੀ ਦੀ ਕੋਰਟ ਦੇ ਵਿੱਚ ਇਹਨਾਂ ਦੀ ਜਿਹੜੀ ਡੇਟ ਰੱਖੀ ਹੋਈ ਸੀਗੀ ਨਾਭਾ ਜੇਲ੍ਹ ਬ੍ਰੇਕ ਵਾਲਿਆਂ ਦੀ, ਅਤੇ ਉਹਦੇ ਵਿੱਚ ਟੋਟਲ ਜਿਹੜੇ ਨੇ 23 ਮੁਲਜ਼ਮ ਨੇ, ਜਿਨ੍ਹਾਂ 'ਚੋਂ 5-6 ਦੇ ਖਿਲਾਫ ਜਿਹੜਾ ਹਜੇ ਚਲਾਨ ਰਹਿੰਦਾ, ਅਤੇ ਜਿਨ੍ਹਾਂ 'ਚੋਂ 18 ਮੁਲਜ਼ਮ ਜਿਹੜੇ ਨੇ ਸੈਂਟਰਲ ਜੇਲ੍ਹ ਪਟਿਆਲਾ 'ਚ ਨੇ, ਅਤੇ 4 ਮੁਲਜ਼ਮ ਜਿਹੜੇ ਹੈਗੇ ਨੇ ਉਹ ਹੈਗੇ ਕਪੂਰਥਲਾ ਜੇਲ੍ਹ 'ਚ, ਅਤੇ 1 ਮੁਲਜ਼ਮ ਬਠਿੰਡਾ ਜੇਲ੍ਹ 'ਚ ਆ। ਸਕਿਉਰਿਟੀ ਦੀ ਵਜ੍ਹਾ ਨਾਲ ਜੇਲ੍ਹ ਅਥਾਰਟੀ ਨੇ ਅੱਜ ਜਿਹੜੇ ਇਹ ਮੁਲਜ਼ਮ ਜਿਹੜੇ ਪੇਸ਼ ਨਹੀਂ ਕੀਤੇ, ਇਹਨਾਂ ਦੀ ਜਿਹੜੀ ਅੱਜ ਵੀਡੀਓ ਕਾਨਫਰੰਸ 'ਤੇ ਹਾਜ਼ਰੀ ਲੱਗੀ ਆ, ਅਤੇ ਇਹ ਜਿਹੜੀ ਆ ਅਗਲੀ ਡੇਟ ਜਿਹੜੀ ਇਹਦੇ ਵਿੱਚ 3/10/2017 ਪਈ ਆ, ਅਤੇ ਅਗਲੀ ਵਾਰੀ ਜਿਹੜੇ ਬਾਕੀ ਮੁਲਜ਼ਮਾਂ ਦੇ ਖਿਲਾਫ ਸ਼ਾਇਦ ਪ੍ਰੋਸੀਕਿਊਸ਼ਨ ਵੱਲੋਂ ਪੁਲਿਸ